ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਬੇਨਤੀਆਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਅਤੇ ਨਵ ਜੰਮੇ ਬੱਚੇ ਨੂੰ ਲੈ ਕੇ ਹੈ ਸਾਧ ਸੰਗਤ ਜੀ। ਸਿੱਧੂ ਦੇ ਫੈਨ ਜੋ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਭਾਰੀ ਇਕੱਠ ਵੱਧਦਾ ਹੀ ਜਾ ਰਿਹਾ ਹੈ ਰੋਜ਼ ਦੀ ਰੋਜ਼। ਲੋਕ ਬੱਸਾਂ ਭਰ ਭਰ ਕੇ ਸਿੱਧੂ ਦੀ ਹਵੇਲੀ ਵੱਲ ਆ ਰਹੇ ਨੇ ਤੇ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਮਾਮੇ ਨੇ ਇੱਕ ਵੱਡਾ ਕਾਰਾ ਕਰ ਦਿੱਤਾ। ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿ ਏਦਾਂ ਕੋਈ ਰਿਸ਼ਤੇਦਾਰ ਕਰ ਸਕਦਾ। ਸਿੱਧੂ ਦੇ ਫੈਨ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਉੱਪਰ ਭੰਗੜੇ ਪਾ ਰਹੇ ਸੀ ਤਾਂ ਕਿਸੇ ਨੇ ਡੀਜੇ ਦੇ ਉੱਪਰ ਗਾਣਾ ਚਲਾ ਦਿੱਤਾ ਕਿ ਚਾਚੇ ਮਾਮਿਆਂ ਦੇ ਸਿਰ ਤੇ ਨਹੀਂ ਉੱਡਿਆ ਤੇ ਮੈਂ ਆਪ ਬਣਿਆ। ਇਹ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਤੇ ਬੜਾ ਹੀ ਮਕਬੂਲ ਹੋਇਆ ਸੀ। ਉਸ ਦੇ ਵਿੱਚ ਸਿੱਧੂ ਨੇ ਕਿਹਾ ਕਿ ਮੈਂ ਆਪਣੇ ਦਮ ਦੇ ਉੱਪਰ ਬਣਿਆ, ਨਾ ਮੈਂ ਚਾਚੇ ਦੇ ਸਿਰ ਤੇ ਉੱਡਿਆ ਤੇ ਨਾ ਮੈਂ ਮਾਮੇ ਦੇ ਸਿਰ ਤੇ ਉੱਡਿਆ। ਤੇ ਇਹ ਗਾਣਾ ਸਿੱਧੂ ਦੇ ਫੈਨ ਲਗਾਤਾਰ ਰਿਪੀਟ ਤੇ ਚਲਾ ਰਹੇ ਸੀ ਤਾਂ ਮੌਕੇ ਤੇ ਸਿੱਧੂ ਮੂਸੇਵਾਲੇ ਦਾ ਮਾਮਾ ਉੱਥੇ ਮੌਜੂਦ ਸੀ ਤੇ ਉਸਨੇ ਅਜਿਹਾ ਕਾਰਾ ਕਰ ਦਿੱਤਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ। ਬਣੇ ਰਹੋ ਵੀਡੀਓ ਦੇ ਅੰਤ ਤੱਕ, ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਧੂ ਮੂਸੇਵਾਲੇ ਦੇ ਫੈਨ ਉਹਨਾਂ ਦੇ ਨਾਲ ਸਿੱਧੂ ਮੂਸੇਵਾਲੇ ਦੇ ਮਾਮੇ ਨੇ ਅਜਿਹਾ ਕਿਹੜਾ ਕਾਰਾ ਕਰ ਦਿੱਤਾ? ਕਿਉਂਕਿ ਸਿੱਧੂ ਮੂਸੇਵਾਲੇ ਦੇ ਜੋ ਫੈਨ ਹੈ ਉਹ ਤਾਂ ਖੁਸ਼ੀ ਜ਼ਾਹਰ ਕਰ ਰਹੇ ਸੀ ਅਤੇ ਖੁਸ਼ੀ ਦੇ ਵਿੱਚ ਸਿੱਧੂ ਦੇ ਗਾਣਿਆਂ ਦੇ ਉੱਪਰ ਹੀ ਨੱਚ ਰਹੇ ਸੀ ਅਤੇ ਸਿੱਧੂ ਨੇ ਹੀ ਉਹ ਗਾਣਾ ਗਾਇਆ ਸੀ ਕਿ ਚਾਚੇ ਮਾਮਿਆਂ ਦੇ ਸਿਰ 'ਤੇ ਨਹੀਂ ਉੱਡਿਆ ਮੈਂ ਆਪ ਬਣਿਆ। ਅਤੇ ਫਿਰ ਜੋ ਸਿੱਧੂ ਦਾ ਮਾਮਾ ਹੈ ਉਹ ਸਿੱਧੂ ਦੇ ਫੈਨ ਦੇ ਉੱਪਰ ਹੀ ਕਿਉਂ ਗੁੱਸੇ ਹੋਇਆ? ਤਾਂ ਸਾਧ ਸੰਗਤ ਜੀ ਦੱਸ ਦੇਈਏ ਕਿ ਇੱਦਾਂ ਦਾ ਹੋਣਾ ਤਾਂ ਸੁਭਾਵਿਕ ਹੈ। ਸਿੱਧੂ ਨੇ ਗਾਣਾ ਗਾਇਆ, ਗਾਣਾ ਸਾਰਿਆਂ ਦੇ ਲਈ ਹੁੰਦਾ ਹੈ। ਇੱਕ ਸਿੰਗਰ ਜਾਂ ਇੱਕ ਲੇਖਕ ਕਦੇ ਵੀ ਉਹ ਕਿਸੇ 'ਤੇ ਲਾ ਕੇ ਗਾਣਾ ਨਹੀਂ ਲਿਖਦਾ, ਉਹ ਗਾਣਾ ਸਾਰਿਆਂ ਦੇ ਲਈ ਹੈ। ਜੇ ਆਪਾਂ ਆਪਣੇ ਸਟਰਗਲ ਦੀ ਗੱਲ ਕਰੀਏ, ਹਰ ਬੰਦਾ ਜਿਹੜਾ ਖੁਦ ਮਿਹਨਤ ਕਰਦਾ ਹੈ, ਇਸ ਗਾਣੇ ਨੂੰ ਜੇਕਰ ਆਪਾਂ ਆਪਣੇ ਉੱਪਰ ਲੈ ਕੇ ਸੁਣੀਏ ਤਾਂ ਇਹ ਗਾਣਾ ਆਪਣਾ ਵੀ ਹੈ ਕਿ ਜੋ ਚਾਚੇ ਮਾਮੇ ਹੁੰਦੇ ਆ ਉਹ ਹਮੇਸ਼ਾ ਲੱਤਾਂ ਹੀ ਖਿੱਚਦੇ ਨੇ ਕਿ ਕਿਸੇ ਦਾ ਪੁੱਤ ਜੋ ਹੈ ਕਾਮਯਾਬ ਨਾ ਹੋ ਜਾਵੇ। ਗਾਣਾ ਜੋ ਹੁੰਦਾ, ਗਾਣਾ ਉਹ ਇਕੱਲੇ ਸਿੱਧੂ ਮੂਸੇਵਾਲੇ ਦਾ ਨਹੀਂ ਸੀ ਕਿ ਸਿੱਧੂ ਨੇ ਕਿਹਾ ਹੋਵੇ ਕਿ ਮੈਂ ਆਪਣੇ ਚਾਚੇ ਮਾਮਿਆਂ ਦੇ ਸਿਰ 'ਤੇ ਨਹੀਂ ਉੱਡਿਆ ਮੈਂ ਆਪ ਬਣਿਆ, ਉਹ ਗਾਣਾ ਸਾਰਿਆਂ ਦੇ ਲਈ ਹੈ। ਸੋ ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।